ਹੱਸਦੇ ਹਸਾਂਦੇ ਰਵੋ ਘੜੀ ਵਾਲੀ ਸੂਈ ਮੈਥੋਂ ਗੁੰਮ ਹੋ ਗਈ ਵੋਟੀ ਨਾਲ ਸੱਸ ਮੇਰੀ ਗੁੰਮ ਹੋ ਗਈ ਘੜੀ ਵਾਲੀ ਸੂਈ ਮੈਥੋਂ ਗੁੰਮ ਹੋ ਗਈ ਵੋਟੀ ਨਾਲ ਸੱਸ ਮੇਰੀ ਗੁੰਮ ਹੋ ਗਈ ਇਹ ਚੰਗਾ ਹੀ ਸਿਆਪਾ ਪੈ ਗਿਆ ਅੱਜ ਕਰਵਾ ਚੌਥ ਦਾ ਦਿਨ ਲੋਕੀ ਦਿਨ ਤਿਉਹਾਰ ਮਨਾ ਰਹੇ ਅਤੇ ਮੈਂ ਦੇਖੋ ਮੇਰੇ ਨਾਲ ਸਵੇਰੇ ਸਵੇਰੇ ਸਿਆਪਾ ਪੈ ਗਿਆ ਮੇਰੀ ਵੋਟੀ ਵੀ ਗਾਇਬ ਅਤੇ ਨਾਲ ਸੱਸ ਵੀ ਗਾਇਬ ਹੋ ਗਈ ਮੈਂ ਕਿਹਨੂੰ ਫੋਨ ਕਰਾਂ ਮੈਂ ਪੁਲਿਸ ਸਟੇਸ਼ਨ ਫੋਨ ਕਰਦਾ ਹੈਲੋ ਹਾਂਜੀ ਮੈਡਮ ਫੋਨ ਚੁੱਕਿਓ ਗੱਲ ਕਰਨੀ ਆ ਮੈਡਮ ਮੇਰੀ ਗੱਲ ਹਾਂਜੀ ਜੀ ਹੈਲੋ ਮੈਡਮ ਹਾਂ ਮੇਰੀ ਗੱਲ ਸੁਣੋ ਮੈਡਮ ਮੈਡਮ ਤੁਹਾਡੀ ਇੱਕ ਤਾਂ ਆਵਾਜ਼ ਨਹੀਂ ਆ ਰਹੀ ਪਤਾ ਨਹੀਂ ਸਮਝ ਨਹੀਂ ਆ ਰਹੀ ਕੁਛ ਵੀ ਮੇਰੀ ਹਾਂਜੀ ਜੀ ਐਡਰੈਸ ਮੈਡਮ ਐਡਰੈਸ ਬਾਅਦ 'ਚੋਂ ਪੁੱਛ ਲਓ ਪਹਿਲਾਂ ਜਲਦੀ ਜਲਦੀ ਇੱਥੇ ਪਹੁੰਚੋ ਮੇਰੀ ਵੋਟੀ ਅਤੇ ਸੱਸ ਦੋਨੋਂ ਜਣੇ ਗਾਇਬ ਹੈਗੇ ਆ ਲਓ ਮੈਡਮ ਮੈਂ ਹਾਲੇ ਫੋਨ ਕੱਟਿਆ ਵੀ ਤੁਸੀਂ ਪਹੁੰਚ ਵੀ ਗਏ ਛੇਤੀ ਦਾ ਛੇਤੀ ਇੰਨਾ ਟਾਈਮ ਹੈ ਨਹੀਂ ਸਰਕਾਰ ਕੋਲ ਮੈਡਮ ਅੱਜ ਤੋਂ ਸਵੇਰੇ ਉੱਠਾ ਨਾ ਮੈਂ ਉੱਠ ਕੇ ਦੇਖਿਆ ਘਰ ਦੇ ਵਿੱਚ ਕੋਈ ਨਹੀਂ ਸੀ ਮੈਂ ਬੜਾ ਹੈਰਾਨ ਹੋਇਆ ਮੈਂ ਕਰੀ ਇੱਧਰ ਗਿਆ ਕਰੀ ਇੱਧਰ ਦੇਖ ਕੇ ਬੜਾ ਹੈਰਾਨ ਹੋਇਆ ਕਨਫਿਊਜ਼ ਬੜਾ ਹੋਇਆ ਮੈਂ ਸਮਝ ਨਹੀਂ ਆ ਰਹੀ ਸੀ ਕਰਦੇ ਗਏ ਕਿੱਥੇ ਬਾਅਦ ਵਿੱਚ ਮੈਂ ਜਦੋਂ ਮਤਲਬ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਉਹ ਹੈਲੋ ਹੈਲੋ ਇੰਨੀ ਛੇਤੀ ਵੀ ਨਹੀਂ ਦੱਸਣਾ ਮੈਡਮ ਤੁਸੀਂ ਮੇਰੀ ਵੋਟੀ ਲੱਭਦੇ ਬਸ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਤੁਹਾਨੂੰ ਤੇ ਆ ਘਰ ਕੀ ਦਾ ਵਾ ਇਹ ਘਰ ਮੇਰੀ ਵੋਟੀ ਦਾ ਜੀ ਤੇ ਤੂੰ ਇੱਥੇ ਕੀ ਕਰ ਰਿਹਾ ਮੈਡਮ ਮੈਂ ਨਾ ਇਸ ਘਰ ਦਾ ਜਵਾਈ ਆ ਮਤਲਬ ਕਿ ਮੈਂ ਘਰ ਜਵਾਈ ਆ ਤੇ ਘਰ ਵਿੱਚ ਹੋਰ ਕੌਣ ਕੌਣ ਆ ਘਰ ਦੇ ਵਿੱਚ ਇੱਕ ਨੌਕਰ ਆ ਜੀ ਪਰ ਉਹ ਛੁੱਟੀ ਤੇ ਆ ਤੇ ਹੋਰ ਕੌਣ ਕੌਣ ਆ ਹੋਰ ਇੱਕ ਡਰਾਈਵਰ ਵੀ ਹੈਗਾ ਆ ਪਰ ਉਹ ਵੀ ਛੁੱਟੀ ਤੇ ਆ ਤੇ ਹੋਰ ਕੌਣ ਆ ਜਿਹੜਾ ਛੁੱਟੀ ਤੇ ਆ ਇੱਕ ਹੋਰ ਵੀ ਹੈਗਾ ਆ ਜੀ ਪਰ ਜੇ ਸਾਰੇ ਲੋਕ ਛੁੱਟੀ ਤੇ ਗਏ ਆ ਇਹ ਕਿਤੇ ਸਾਰੇ ਤੂੰ ਹੀ ਤਾਂ ਨਹੀਂ ਮੈਡਮ ਮੈਂ ਤੁਹਾਨੂੰ ਦੱਸਿਆ ਤੇ ਹੈ ਕਿ ਮੈਂ ਇਸ ਘਰ ਦਾ ਜਵਾਈ ਆ ਮਤਲਬ ਕਿ ਮੈਂ ਘਰ ਜਵਾਈ ਆ ਜੀ ਚੱਲ ਡਿਟੇਲ ਚ ਬਿਆਨ ਲਿਖਾ ਸਾਰਾ ਬਿਆਨ ਮੈਡਮ ਲਿਖੋ ਡਿਟੇਲ ਚ ਦੱਸਾਂ ਜਦੋਂ ਮੈਂ ਸਵੇਰੇ ਸਵੇਰੇ ਉੱਠਿਆ ਨਾ ਸਵੇਰੇ ਸਵੇਰੇ ਉੱਠਦੇ ਚਿੜੀਆਂ ਚਹਿਚਹਾ ਰਹੀਆਂ ਸੀਗੀਆਂ ਉਸ ਤੋਂ ਬਾਅਦ ਪਾਣੀ ਦੀਆਂ ਬੂੰਦਾਂ ਟੱਬ ਦੇ ਵਿੱਚ ਡਿੱਗ ਰਹੀਆਂ ਸੀ ਥੋੜ੍ਹੀ ਦੇਰ ਬਾਅਦ ਦਰਵਾਜ਼ਾ ਖੁੱਲ੍ਹਿਆ ਸਾਹਮਣੇ ਦੋ ਬਿੱਲੀਆਂ ਆਈਆਂ ਪਤਾ ਨਹੀਂ ਕਿਹੜੀ ਗੱਲੋਂ ਲੜੀ ਜਾ ਰਹੀਆਂ ਸੀਗੀਆਂ ਇੱਧਰਲੀ ਬਿੱਲੀ ਨੇ ਖਰੇ ਉਹਨੂੰ ਗਾਲ ਕੱਢੀ ਆ ਕੇ ਕਹਿੰਦੀ ਉਹ ਦੂਜੀ ਬਿੱਲੀ ਉਹਨੂੰ ਟੁੱਟ ਕੇ ਪੈ ਗਈ ਇੰਨੀ ਡੇਲ ਜੀ ਨਹੀਂ ਜਾਣਾ ਬੈਕਗ੍ਰਾਉਂਡ ਸਕੋਰ ਤੋਂ ਮਿਲਿਆ ਸੁਣਾ ਮੈਡਮ ਅੱਜ ਸਵੇਰੇ ਸਵੇਰੇ ਜਦੋਂ ਮੈਂ ਉੱਠਿਆ ਮੈਂ ਬੜਾ ਹੈਰਾਨ ਹੋਇਆ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਮੈਂ ਰੋਜ਼ ਦੀ ਤਰ੍ਹਾਂ ਮੈਂ ਕਿਹਾ ਚਲੋ ਛੋਲੇ ਪੂਰੀ ਖਾਂਦੇ ਹਾਂ ਸੰਡੇ ਆ ਛੋਲੇ ਪੂਰੀ ਖਾਵਾਂਗੇ ਬਾਜ਼ਾਰ ਗਿਆ ਬਾਜ਼ਾਰ ਜਾ ਕੇ ਜਦੋਂ ਮੈਂ ਦੁਕਾਨ 'ਤੇ ਪਹੁੰਚਿਆ ਦੁਕਾਨ 'ਤੇ ਬੜਾ ਰਸ਼ ਸੀ ਮੈਂ ਕਿਹਾ ਮੇਰੇ ਮਨ 'ਚ ਅਚਾਨਕ ਹੀ ਪਤਾ ਨਹੀਂ ਕਿਉਂ ਖਿਆਲ ਆਇਆ ਮੈਡਮ ਤੁਸੀਂ ਇੱਦਾਂ ਡਰਾਉਂਦੇ ਕਦੋਂ ਭਾਈ ਮੇਰੀ ਗੱਲ ਤਾਂ ਸੁਣੋ ਇੱਕ ਹੋਰ ਪਲੇਟ ਪਈ ਹੈ ਤੁਸੀਂ ਖਾ ਲਿਓ ਇੱਕ ਮਿੰਟ ਮੇਰੀ ਦੱਸ ਕਿ ਤੇਰੀ ਵੋਟੀ ਨਾਲ ਰਿਲੇਸ਼ਨ ਕਿਹੋ ਜਿਹਾ ਸੀ ਰਿਲੇਸ਼ਨ ਬੜੇ ਵਧੀਆ ਸੀਗੇ ਮੈਡਮ ਬੜਾ ਪਿਆਰ ਕਰਦੀ ਸੀ ਮੈਨੂੰ ਮੈਂ ਵੀ ਬੜਾ ਪਿਆਰ ਕਰਦਾ ਸੀ ਉਹ ਤਾਂ ਮੇਰੇ ਬਿਨਾਂ ਰਹਿ ਹੀ ਨਹੀਂ ਸੀ ਸਕਦੀ ਉਹ ਹੈਲੋ ਨਹੀਂ ਸੁਣਦੀ ਖੁੱਲ੍ਹ ਕੇ ਦੱਸ ਮੈਨੂੰ ਮੈਡਮ ਮੈਂ ਤੁਹਾਨੂੰ ਜੋ ਵੀ ਦੱਸਿਆ ਸੱਚੀ ਸੱਚੀ ਦੱਸਿਆ ਕਿਉਂਕਿ ਮੈਂ ਇਸ ਘਰ ਦਾ ਜਵਾਈ ਹਾਂ ਮਤਲਬ ਕਿ ਮੈਂ ਘਰ ਜਵਾਈ ਹਾਂ ਮੈਂ ਤੈਨੂੰ ਤੇਰੀ ਵਾਈਫ ਦੇ ਕਤਲ 'ਚ ਗ੍ਰਿਫਤਾਰ ਕਰਦੀ ਹਾਂ ਘੱਟੋ ਘੱਟ 20 ਸਾਲ ਦੀ ਸਜ਼ਾ ਮੈਡਮ ਤੁਸੀਂ ਇਦਾਂ ਕਿੱਦਾਂ ਕਰ ਸਕਦੇ ਤੁਸੀਂ ਕਿਹੜਾ ਅਦਾਲਤ ਹੈਗੇ ਆ ਅਦਾਲਤ ਤੋਂ ਤੈਨੂੰ ਕੀ ਮਿਲੂਗਾ ਅਦਾਲਤ ਤੋਂ ਇਨਸਾਫ ਇਨਸਾਫ ਕੌਣ ਕਰਦਾ ਵਾ ਕਾਨੂੰਨ ਤੇ ਆਹ ਜਿਹੜੀ ਵਰਦੀ ਪਾਈ ਤੇ ਚਿੱਠੀ ਲੈ ਕੇ ਆਈ ਸੀ ਮੈਂ ਤੇਰੇ ਘਰ ਇੱਕ ਮਿੰਟ ਮੈਂ ਹੈਲੋ ਕਿੱਥੇ ਆ ਗਈ ਪਿੰਕੀ ਤੂੰ ਅੱਛਾ ਥੱਲੇ ਆ ਗਏ ਮੈਂ ਇੱਕ ਮਿੰਟ 'ਚ ਆ ਗਿਆ ਇੱਕ ਮਿੰਟ ਵੇਟ ਕਰ ਬਸ ਮੈਡਮ ਮੈਂ ਹੁਣੇ ਇੱਕ ਮਿੰਟ 'ਚ ਆ ਗਿਆ ਬੜੀ ਖੁਸ਼ੀ ਦੀ ਗੱਲ ਆ ਮੇਰੀ ਵੋਟੀ ਤੇ ਸੱਸ ਦੋਨੋਂ ਜਣੇ ਲੱਭ ਗਏ ਮੈਂ ਹੁਣੇ ਆਇਆ ਪਰ ਮੇਰੀ ਗੱਲ ਸੁਣੋ ਤੁਸੀਂ ਉੱਪਰ ਕਿੱਦਾਂ ਆਏ ਲਿਫਟ ਤੇ ਬੰਦ ਹੈ ਮੈਂ ਲੈਫਟ ਵਿੰਗ ਤੋਂ ਆਈ ਹਾਂ ਪ੍ਰੋਪਰ ਕਿਊ ਤੋਂ ਆਈ ਹਾਂ ਤੈਨੂੰ ਕੋਈ ਪ੍ਰੋਬਲਮ ਆ ਨਹੀਂ ਨਹੀਂ ਮੈਡਮ ਮੈਨੂੰ ਕਦੀ ਪ੍ਰੋਬਲਮ ਹੋਣੀ ਆ ਮੇਰੇ ਤੇ ਵੋਟੀ ਲੱਭ ਗਈ ਮੇਰੇ ਵਾਸਤੇ ਇਹੀ ਬੜੀ ਖੁਸ਼ੀ ਦੀ ਗੱਲ ਹੈ ਇੱਕ ਗੱਲ ਦੱਸ ਵੋਟੀ ਦੂਰ ਹੋਣ ਤੇ ਲੋਕ ਮੋਸਟਲੀ ਖੁਸ਼ ਹੁੰਦੇ ਨੇ ਤੇ ਤੂੰ ਕਿਉਂ ਇੰਨਾ ਟੈਂਸ ਹੈ ਮੈਂ ਤੁਹਾਨੂੰ ਮੈਡਮ ਦੱਸਿਆ ਤਾਂ ਸੀ ਕਿ ਮੈਂ ਇਸ ਘਰ ਦਾ ਜਵਾਈ ਆ ਮਤਲਬ ਕਿ ਮੈਂ ਘਰ ਜਵਾਈ ਆ ਕਿੱਦਾਂ ਲੱਗੀ ਜੀ ਪਰਫਾਰਮੈਂਸ ਪਰਫਾਰਮੈਂਸ ਵਾਸ ਵੈਰੀ ਗੁੱਡ ਇਹ ਤਾਂ ਆਪਣਾ ਮੁੰਡਾ ਤਿੱਲੀ ਤਾਂ ਕਰਦਾ ਹੀ ਬਹੁਤ ਸੋਹਣਾ ਹਾਂਜੀ ਅੱਜ ਜੱਚ ਵੀ ਬੜਾ ਰਿਹਾ ਸੀ ਪਹਿਲੀ ਵਾਰੀ ਸੋਹਣਾ ਵੀ ਲੱਗਾ ਅੱਜ ਪੰਚ ਡਿਲੀਵਰੀ ਤੇਰੀ ਬਹੁਤ ਅੱਛੀ ਹੈ ਬਾਡੀ ਲੈਂਗੁਏਜ ਬਹੁਤ ਅੱਛੀ ਹੈ ਅਮਨ ਜੀ ਬਹੁਤ ਅੱਛਾ ਤੁਸੀਂ ਵੀ ਕੰਪਲੀਮੈਂਟ ਬੜਾ ਅੱਛਾ ਕਰ ਰਹੇ ਸੀ ਨਾਲ ਉਹਨਾਂ ਨੂੰ ਸਕ੍ਰਿਪਟ ਬਹੁਤ ਅੱਛੀ ਸੀ ਬਟ ਹੋਰ ਅੱਛੀ ਅਜੇ ਹੋ ਸਕਦੀ ਸੀ ਕਿਉਂਕਿ ਸਿਚੁਏਸ਼ਨ ਬੜੀ ਕਮਾਲ ਦੀ ਹੈ ਸੱਸ ਅਤੇ ਵਹੁਟੀ ਗਵਾਚ ਗਈਆਂ ਨੇ ਅਤੇ ਇੱਕ ਬੜੀ ਖੂਬਸੂਰਤ ਪੁਲਿਸ ਵਾਲੀ ਇਨਵੈਸਟੀਗੇਸ਼ਨ ਕਰਨ ਆਈ ਹੈ ਇਹ ਬੜੀ ਕਮਾਲ ਦੀ ਸਿਚੁਏਸ਼ਨ ਸੀ ਬਟ ਫਿਰ ਵੀ ਜੋ ਤੁਸੀਂ ਕੀਤਾ ਆਈ ਲਾਈਕ ਡਿਟ ਔਰ ਪਾਵਾ ਜੀ
अपना नजरिया दसन। हाँ जी एक्ट अच्छा था, पर मेरे को ये समझ नहीं है कि ये घर जमाई आदमी बनता है तो इज जैसा हो जाता है, ऐसे बाल हो जाते हैं। लुक कहाँ से ढूंढिया आपने? नहीं ऐसा होता है तो घर जमाई बनना पड़ता है जी। अच्छा ऐसा होता है तो घर जमाई बनना, चंगा चंगा होता तो वोटी ना लेके जाता। नहीं नहीं अच्छा था, और जो टॉपिक था जो सिचुएशन थी ओदे अंदर बहुत ज्यादा अच्छा स्कोप सीगा, और भी बेटर हो सकता था। एनीवे गुड लक। कत्ल करने वाला खुश लग रहा है, पुलिस को भराई लगती पई सी। एलपीएल पे परफॉर्मेंस मीटर। हां जी मनोज सर। स्वीटर स्वीटर। हां जी कुकी भाजी। स्वीट स्वीट। थैंक यू सो मच जी, तुसी कमेंट्स देते। थैंक यू सो मच, थैंक यू सो मच, थैंक यू सो मच अमनप्रीत। अगे तो होर तैयारी नाल आयो जी।